ਦੋਸਤੋ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਵਿਚਾਰ ਵਟਾਂਦਰਾ। ਅੱਜ ਅਸੀਂ ਕਰ ਰਹੇ ਹਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਕਿ ਪੰਜਾਬ ਦੇ ਵਿੱਚ ਬਿਗੁਲ ਵੱਜ ਚੁੱਕਿਆ ਹੈ। 7 ਤਰੀਕ ਯਾਨੀ ਕਿ ਅੱਜ ਜਿਹੜਾ ਅਖੀਰਲਾ ਦਿਨ ਸੀਗਾ ਆਪਣੀ ਨਾਮਜ਼ਦਗੀ ਦਾ, 10 ਤਰੀਕ ਜਿਹੜੀ ਰੱਖੀ ਗਈ ਹੈ ਉਹ ਰੱਖੀ ਗਈ ਹੈ ਸਕਰੂਟਨੀ ਦੀ, 11 ਤਰੀਕ ਨੂੰ ਆਪਣੇ ਨਾਂ ਵਾਪਸ ਦਿੱਤੇ ਜਾ ਸਕਦੇ ਹਨ, 19 ਤਰੀਕ ਨੂੰ ਚੋਣਾਂ ਹਨ ਔਰ 22 ਤਰੀਕ ਨੂੰ ਨਤੀਜੇ ਸਾਹਮਣੇ ਆਉਣਗੇ। ਹੁਣ ਮਸਲਾ ਇਸ ਗੱਲ ਦਾ ਹੈ ਕਿ ਜਿਹੜੀ ਪਾਰਟੀਆਂ ਹਨ ਵੱਖ ਵੱਖ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ, ਬਾਦਲ, ਕਾਂਗਰਸ, ਉਸ ਤੋਂ ਬਾਅਦ ਆਮ ਆਦਮੀ ਪਾਰਟੀ, ਹਜੇ ਤੱਕ ਇਹ ਤਸਵੀਰ ਸਾਫ਼ ਨਹੀਂ ਹੋ ਪਾ ਰਹੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟਸ ਨੇ ਉਹ ਕੌਣ ਹਨ, ਜਿਨ੍ਹਾਂ ਨੇ ਆਪਣੀ ਨਾਮਜ਼ਦਗੀ ਭਰੀ ਹੈ, ਕਿ ਉਹ ਵਾਕਈ ਹੀ ਸੀਰੀਅਸ ਹਨ ਕਿ ਨਹੀਂ। ਕਿਉਂਕਿ ਅਸੀਂ ਕਈ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨਾਲ ਗੱਲ ਕੀਤੀ ਜੋ ਕਿ ਓਵਰਸੀਜ਼ ਨੂੰ ਸੰਭਾਲਦੇ ਹਨ, ਉਹਨਾਂ ਨੂੰ ਆਪ ਹੀ ਨਹੀਂ ਪਤਾ ਕਿ ਚੱਲ ਕੀ ਰਿਹਾ, ਰੱਬ ਭਲਾ ਕਰੇ। ਖੈਰ, ਉਸ ਤੋਂ ਦੂਜੀ ਗੱਲ ਸਾਹਮਣੇ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦੁਚਿੱਤੀ ਵਿੱਚ ਫਸੀ ਹੋਈ ਹੈ। ਬੇਅਦਬੀ ਮਾਮਲੇ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ਼ ਹੈਗਾ ਪੰਜਾਬ ਦੇ ਵਿੱਚ ਮੀਡੀਆ ਰਿਪੋਰਟਸ ਦੇ ਮੁਤਾਬਕ। ਉਸ ਤੋਂ ਇਲਾਵਾ ਕਾਂਗਰਸ ਦੀ ਹੁਣ ਗੱਲ ਕਰ ਲਈਏ ਤਾਂ ਕੀ ਹੁਣ ਕਾਂਗਰਸ ਦੋਨੋਂ ਸਿਆਸੀ ਪਾਰਟੀਆਂ ਦੇ ਜਿਹੜੇ ਆਪਸੀ ਮਤਭੇਦ ਹਨ, ਚਾਹੇ ਉਹ ਆਮ ਆਦਮੀ ਪਾਰਟੀ ਦੇ ਆਪਸੀ ਮਤਭੇਦ ਹੋਣ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਸ ਤਰੀਕੇ ਨਾਲ ਹੁਣ ਨਾਮ ਸਾਹਮਣੇ ਆ ਰਿਹਾ ਕਿ ਕਾਂਗਰਸ ਇਸ ਦਾ ਫਾਇਦਾ ਚੱਕੇਗੀ ਨਹੀਂ ਚੱਕੇਗੀ, ਵੱਡਾ ਸਵਾਲ ਬਣਿਆ ਹੋਇਆ। ਇਸ ਤੋਂ ਪਹਿਲਾਂ ਜਿਹੜੇ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਵੱਡੀ ਜਿੱਤ ਦੇ ਨਾਲ ਕਾਂਗਰਸ ਸਾਹਮਣੇ ਆਈ, ਮਿਊਂਸੀਪਲ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਉਹਦੇ ਵਿੱਚ ਜਿੱਤ ਕੇ ਸਾਹਮਣੇ ਆਈ, ਹੁਣ ਪੰਚਾਇਤੀ ਚੋਣਾਂ। ਕੀ ਹੁਣ ਤਿੰਨੋਂ ਹੁਕਮ ਦੇ ਜਿਹੜੇ ਇੱਕੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਆ ਜਾਣਗੇ? ਉਸ ਤੋਂ ਬਾਅਦ ਤਾਂ ਨਹੀਂ ਕਹਿਣਗੇ ਕਿ ਜੀ ਮੇਰਾ ਪੰਜਾਬ ਦਾ ਖਜ਼ਾਨਾ ਖਾਲੀ ਹੈ, ਮੇਰੇ ਕੋਲ ਜਾਦੂ ਦੀ ਛੜੀ ਨਹੀਂ ਹੈਗੀ ਔਰ ਮੈਂ ਕਿਸ ਤਰੀਕੇ ਨਾਲ ਪੰਜਾਬ ਦਾ ਵਿਕਾਸ ਕਰਾਂ? ਕਿਉਂਕਿ ਜੋ 10 ਸਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ, ਜਿਵੇਂ ਕਿ ਉਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ, ਕਿਉਂਕਿ ਇੱਕ ਜੋ ਵੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਉਹ ਕੋਸ਼ਿਸ਼ ਕਰਦੀ ਹੈ ਕਿ ਅਸੀਂ ਆਪਣੇ ਤਿੰਨੋਂ ਜਿਹੜੇ ਸੈਕਸ਼ਨਸ ਹਨ ਉਹਨਾਂ ਨੂੰ ਸਟਰੋਂਗ ਕਰ ਲਈਏ ਤਾਂ ਕਿ ਪੰਜਾਬ ਦੇ ਵਿੱਚ ਡਿਵਲਪਮੈਂਟ ਦੀ ਗੱਲਾਂ ਹੋ ਸਕਣ। ਲੇਕਿਨ ਖੈਰ, ਬੜੇ ਦੁੱਖ ਦੇ ਨਾਲ ਮੈਨੂੰ ਕਹਿਣਾ ਪੈਂਦਾ ਕਿ ਡਿਵਲਪਮੈਂਟ ਦੀ ਗੱਲ ਅਸੀਂ ਕਰਦੇ ਹਾਂ ਤਾਂ ਸਾਡੇ ਸਿਆਸਤਦਾਨ ਸਾਨੂੰ ਕਿਸੇ ਹੋਰ ਪਾਸੇ ਮੋੜ ਦਿੰਦੇ ਹਨ ਕਿ ਤਾਂ ਕਿ ਇਹ ਡਿਵਲਪਮੈਂਟ ਦੀ ਗੱਲਾਂ ਕਰਨ, ਪੰਜਾਬੀ ਇਹਨਾਂ ਬਾਰੇ ਗੱਲ ਨਾ ਕਰਨ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਇੰਨੇ ਇਮੋਸ਼ਨਲ ਹਨ ਦੂਜੇ ਮੁਜਰ ਨੂੰ ਲੈ ਕੇ ਕਿ ਉਹ ਆਪਣੀ ਗੱਲ ਜਿਹੜੀ ਹੈ ਡਿਵਲਪਮੈਂਟ ਦੇ ਉੱਤੇ ਨਹੀਂ ਕਰਨਾ ਚਾਹੁੰਦੇ। ਨਹੀਂ, ਮੈਨੂੰ ਲੱਗਦਾ ਕਿਤੇ ਨਾ ਕਿਤੇ ਹੁਣ ਲੋੜ ਹੈਗੀ ਹੈ ਸਿਆਸਤਦਾਨਾਂ ਨੂੰ ਇਹ ਸੋਚਣ ਦੀ ਕਿ ਜਿਹੜਾ ਹੁਣ ਵੋਟਰ ਹੈ ਨਾ ਉਹ ਸਮਝਦਾਰ ਹੋ ਚੁੱਕਿਆ, ਉਹ ਇੰਨਾ ਕੋਈ ਬੇਵਕੂਫ ਨਹੀਂ ਹੈਗਾ ਕਿ ਉਹਨੂੰ ਨਹੀਂ ਪਤਾ ਕਿ ਮੈਂ ਕਿਸ ਪਾਸੇ ਦੀ ਗੱਲ ਕਰ ਰਿਹਾ। ਲੇਕਿਨ ਲੋੜ ਹੈਗੀ ਹੈ, ਸਾਨੂੰ ਵੀ ਲੋੜ ਹੈਗੀ ਹੈ ਵਿਦੇਸ਼ਾਂ ਦੇ ਵਿੱਚ ਵੱਸਦੇ ਉਹਨਾਂ ਪਰਿਵਾਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਦੱਸਣ ਦੀ, ਐਜੂਕੇਟ ਕਰਨ ਦੀ, ਕਿਉਂਕਿ ਇਹ ਜਿਹੜੀ ਹੁਣ ਰਾਜਨੀਤੀ ਹੈ ਨਾ, ਇਹ ਜਿਹੜੀ ਹੁਣ ਵੋਟਾਂ ਹਨ, ਇਹ ਹੇਠਲੇ ਪੱਧਰ ਦੀਆਂ ਵੋਟਾਂ ਹਨ ਜੋ ਕਿ ਬਹੁਤ ਹੀ ਮਹੱਤਵਪੂਰਨ ਆਪਣੇ ਕੰਮ ਨੂੰ ਨਿਭਾਉਣਗੀਆਂ ਅਗਰ ਕੋਈ ਸਰਪੰਚ ਜਿਹੜਾ ਉਹ ਸਾਹਮਣੇ ਆਏ। ਤਜਵੀਜ਼ ਇਹ ਵੀ ਰੱਖੀ ਗਈ ਹੈ ਮੀਡੀਆ ਦੇ ਵਿੱਚ, ਰਿਪੋਰਟਸ ਇਹ ਵੀ ਸਾਹਮਣੇ ਆਈਆਂ ਸਨ, ਲੇਕਿਨ ਇੰਪਲੀਮੈਂਟ ਹਜੇ ਤੱਕ ਕੁਛ ਨਹੀਂ ਹੋਇਆ ਕਿ ਜਿਹੜਾ ਸਰਪੰਚ ਹੈ ਉਹਦਾ ਡੋਪ ਟੈਸਟ ਹੋਣਾ ਚਾਹੀਦਾ। ਉਸ ਤੋਂ ਬਾਅਦ ਇਹ ਵੀ ਤਜਵੀਜ਼ ਸਾਹਮਣੇ ਰੱਖੀ ਗਈ ਕਿ ਜਿਹੜਾ ਸਰਪੰਚ ਹੈ ਉਹ ਮੈਟ੍ਰਿਕ ਪਾਸ ਹੋਣਾ ਚਾਹੀਦਾ, ਲੇਕਿਨ 50% ਜਿਹੜਾ ਰਾਖਵਾਕਰਨ ਹੈ, ਜਿਹੜਾ ਰਿਜ਼ਰਵੇਸ਼ਨ ਹੈ, ਉਹ ਮਹਿਲਾਵਾਂ ਦੇ ਲਈ ਰੱਖਿਆ ਗਿਆ। ਕੀ ਹੁਣ ਇਹ ਵੀ ਤਜਵੀਜ਼ ਸਾਹਮਣੇ ਆਏਗੀ ਕਿ ਡੋਪ ਟੈਸਟ ਜਿਹੜਾ ਉਹ ਮਹਿਲਾਵਾਂ ਦਾ ਵੀ ਹੋਵੇ? ਮੀਡੀਆ ਰਿਪੋਰਟਸ ਦੇ ਵਿੱਚ ਇਸ ਬਾਰੇ ਵਿਚਾਰ ਵਟਾਂਦਰਾ ਹੋਇਆ, ਲੇਕਿਨ ਇੰਪਲੀਮੈਂਟ ਕੁਛ ਨਹੀਂ ਹੋਇਆ। ਐਂਡ ਆਫ ਦਾ ਡੇ ਹੁਣ ਬਿਗੁਲ ਤਾਂ ਬਚ ਚੁੱਕਿਆ, ਤਿੰਨੋਂ ਵੱਖ ਵੱਖ ਪਾਰਟੀਆਂ ਜਿਹੜੀਆਂ ਹਨ ਮੈਦਾਨ ਦੇ ਵਿੱਚ ਹਨ, ਲੇਕਿਨ ਮਾਸਟਰ ਸਟ੍ਰੋਕ ਕੌਣ ਲਗਾਏਗਾ? ਪਿੱਚ ਜਿਹੜੀ ਹੈ ਉਹ ਸਿਆਸੀ ਪਿੱਚ ਜਿਹੜੀ ਹੈ ਉਹ ਤਾਂ ਲੱਗ ਚੁੱਕੀ ਹੈ, ਲੇਕਿਨ ਮੈਨ ਆਫ ਦਾ ਮੈਚ ਕੌਣ ਨਿਕਲ ਕੇ ਸਾਹਮਣੇ ਆਏਗਾ? ਮੈਨ ਆਫ ਦਾ ਸੀਰੀਜ਼ ਕੌਣ ਨਿਕਲ ਕੇ ਸਾਹਮਣੇ ਆਏਗਾ ਔਰ ਕੌਣ ਜਿੱਤ ਕੇ ਲੈ ਕੇ ਜਾਏਗਾ ਪੰਚਾਇਤੀ ਚੋਣਾਂ ਦੀ ਇਸ ਵੱਡੀ ਖੇਡ ਨੂੰ? ਦੇਖਣਾ ਬੇਹੱਦ ਮਹੱਤਵਪੂਰਨ ਹੋਏਗਾ। ਵੱਖ ਵੱਖ ਜਿਹੜੇ ਪ੍ਰਤੀਕ੍ਰਮ ਹਨ ਉਹ ਸਿਆਸਤਦਾਨਾਂ ਵੱਲੋਂ ਆ ਰਹੇ ਹਨ, ਲੇਕਿਨ ਮੈਂ ਹਾਲ ਫਿਲਹਾਲ ਦੇ ਵਿੱਚ ਤੁਹਾਨੂੰ ਗੱਲਾਂ ਦੱਸ ਦੇਵਾਂ ਕਿ ਕੈਪਟਨ ਅਮਰਿੰਦਰ ਸਿੰਘ ਦਾਅਵੇਦਾਰੀ ਠੋਕ ਰਹੇ ਹਨ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਦੇ ਆਰ ਕੌਨਫੀਡੈਂਟ। ਉਸ ਤੋਂ ਬਾਅਦ ਹੁਣ ਲੇਕਿਨ ਤਸਵੀਰ ਜਿਹੜੀ ਸਾਹਮਣੇ ਧੁੰਦਲੀ ਪਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ, ਉੱਥੇ ਬੇਹੱਦ ਦੇਖਣਾ ਜ਼ਰੂਰੀ ਹੋਏਗਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸ ਤਰੀਕੇ ਨਾਲ ਪਰਫੋਰਮ ਕਰੇਗਾ। ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਆਪਸੀ ਮਤਭੇਦਾਂ ਕਾਰਨ ਉਹਨਾਂ ਦੀ ਵੀ ਜਿਹੜੀ ਰਾਜਨੀਤਿਕ ਤਸਵੀਰ ਹੈ ਉਹ ਵੀ ਸਾਫ਼ ਨਹੀਂ ਹੋ ਪਾ ਰਹੀ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਨਫਿਊਜ਼ਨ ਹੈ, ਕੰਟਰੋਵਰਸੀ ਹੈ ਕਿ ਆਮ ਆਦਮੀ ਪਾਰਟੀ ਫਾਇਦਾ ਚੁੱਕ ਸਕੇਗੀ ਜਿਸ ਗੱਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਪੰਜਾਬ ਦੇ ਵਿੱਚ ਆਈ ਸੀਗੀ, ਕਿ ਅੱਜ ਉਹ ਉਸ ਰੋਡ ਮੈਪ ਨੂੰ ਉਹਨਾਂ ਨੇ ਤਿਆਰ ਕੀਤਾ ਹੋਇਆ ਕਿ ਅੱਜ ਉਹ ਉਸ ਵਿਜ਼ਨ ਨੂੰ ਲੈ ਕੇ ਅੱਗੇ ਤੁਰ ਰਹੀ ਹੈ ਕਿ ਤੁਰ ਰਹੀ ਹੈ, ਬੇਹੱਦ ਖਾਸ ਹੋਏਗਾ ਉਹ ਵੇਖਣਾ। ਲੇਕਿਨ ਅੱਜ ਦਾ ਮੁੱਦਾ ਅਸੀਂ ਰੱਖਿਆ ਕਿਵੇਂ ਹੋਵੇਗਾ ਸਾਡਾ ਸਰਪੰਚ, ਕਿਵੇਂ ਹੋਣਾ ਚਾਹੀਦਾ ਹੈ ਸਾਡਾ ਸਰਪੰਚ ਔਰ ਕੌਣ ਹੋਣਾ ਚਾਹੀਦਾ ਹੈ ਤੁਹਾਡਾ ਅਤੇ ਸਾਡਾ ਸਰਪੰਚ, ਇਸ ਨੂੰ ਲੈ ਕੇ ਕਰਾਂਗੇ ਵਿਚਾਰ ਵਟਾਂਦਰਾ। ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹਨ ਨਵੀਨ ਸ਼ਰਮਾ, 25 ਸਾਲਾਂ ਦਾ ਇਹਨਾਂ ਦਾ ਪੱਤਰਕਾਰਿਤਾ ਦੇ ਵਿੱਚ ਐਕਸਪੀਰੀਅੰਸ ਹੈਗਾ ਔਰ ਪੰਜਾਬ ਦੀ ਰਾਜਨੀਤੀ ਨੂੰ ਬੇਹੱਦ ਅੰਦਰੂਨੀ ਜਾਣਦੇ ਹਨ ਔਰ ਸਿਆਸਤਦਾਨਾਂ ਦੇ ਜਿਹੜੇ
ਵਿਚਾਰ ਵਟਾਂਦਰੇ ਹਨ ਔਰ ਸੁਣ ਚੁੱਕੇ ਹਨ ਔਰ ਗੱਲਾਂ ਕਰ ਚੁੱਕੇ ਹਨ ਉਹਨਾਂ ਦੇ ਨਾਲ, ਇਹਨਾਂ ਦੇ ਨਾਲ ਐਨਾਲਿਸਿਸ ਕਰਾਂਗੇ ਕਿ ਕਿਸ ਤਰੀਕੇ ਨਾਲ ਪੰਚਾਇਤੀ ਚੋਣਾਂ ਹਨ, ਉਹਨਾਂ ਦੇ ਵਿੱਚ ਕੀ ਕੁਝ ਤਬਦੀਲੀਆਂ ਇਸ ਵਾਰ ਆਉਣਗੀਆਂ ਔਰ ਇਹਨਾਂ ਨੇ ਆਪਣੇ ਐਕਸਪੀਰੀਅੰਸ ਦੇ ਵਿੱਚ ਕੀ ਕੁਝ ਵੇਖਿਆ ਔਰ ਕੀ ਕੁਝ ਹੋਏਗਾ, ਕਿਉਂਕਿ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਮੀਡੀਆ ਰਿਪੋਰਟਸ ਦੇ ਵਿੱਚ ਔਰ ਅਸੀਂ ਆਪ ਵੀ ਵੇਖਿਆ ਕਾਫੀ ਸਟਰੋਂਗ ਹੈ ਕਿ, ਲੇਕਿਨ ਹੁਣ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਬੈਨੀਫਿਟ ਲੈ ਪਾਏਗੀ ਕਿ ਨਹੀਂ ਲੈ ਪਾਏਗੀ, ਕਿ ਸਭ ਤੋਂ ਪਹਿਲਾਂ ਆਪਣੇ ਉੱਤੇ ਲੱਗੇ ਆਰੋਪਾਂ ਦੇ ਉੱਤੇ ਡੈਮੇਜ ਨੂੰ ਮਿਟਾਉਣ ਦੀ ਕੋਸ਼ਿਸ਼ ਕਰੇਗੀ ਨਹੀਂ ਕਰੇਗੀ, ਇਹ ਬੇਹਦ ਗੱਲਾਂ ਬਣੀਆਂ ਹੋਈਆਂ ਹਨ। ਨਵੀਨ ਸ਼ਰਮਾ, ਆਈ ਵੁੱਡ ਲਾਈਕ ਟੂ ਹੈਵ ਯੋਰ ਓਪਨਿੰਗ ਕਮੈਂਟ ਔਨ ਪੰਚਾਇਤੀ ਚੋਣਾਂ ਜੀ। ਦੇਖੋ ਕਿਰਤ, ਪੰਜਾਬ ਦੇ ਵਿੱਚ ਕੀ ਹੈ, ਜਿਹੜਾ ਗ੍ਰਾਮ ਪੰਚਾਇਤ ਨੇ ਜਾਂ ਜਿਹੜੀਆਂ ਪੰਚਾਇਤਾਂ ਹੁੰਦੀਆਂ ਨੇ, ਇਹਨਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਇੱਕ ਜਿਹੜੀ ਪਾਵਰ ਦੀ ਇਮਾਰਤ ਕਹਿ ਦਿਓ, ਉਹਦੀ ਸਭ ਤੋਂ ਜਿਹੜੀ ਗਰਾਊਂਡ ਫਲੋਰ ਹੈ ਇਹ ਮੰਨੀ ਜਾਂਦੀ ਹੈ ਕਿ ਪੰਚਾਇਤਾਂ ਨੇ ਜਿਹੜੀਆਂ ਹੁੰਦੀਆਂ, ਜ਼ਿਲ੍ਹਾ ਪਰਿਸ਼ਦਾਂ ਹੁੰਦੀਆਂ, ਉਹ ਮਜ਼ਬੂਤ ਹੋਣਗੀਆਂ ਅਤੇ ਉੱਪਰ ਤੱਕ ਦਾ ਸਾਰਾ ਜੋ ਹੁੰਦਾ ਸਟਰਕਚਰ ਉਹ ਮਜ਼ਬੂਤ ਹੋਏਗਾ। ਅਤੇ ਜਿਹੜੀ ਵੀ ਸਰਕਾਰ ਸੱਤਾਰੂੜ ਪਾਰਟੀ ਹੁੰਦੀ ਹੈ, ਉਹਨੂੰ ਇਹ ਚਾਹੀਦਾ ਹੈ ਕਿ ਉਹਨਾਂ ਨੂੰ ਇਹ ਚਾਹੀਦਾ ਹੁੰਦਾ ਕਿ ਸਾਡੇ ਸਰਪੰਚ ਜਿਹੜੇ ਉਹ ਸਾਡੀ ਪਾਰਟੀ 'ਤੇ ਬੈਠਣ, ਕਿਉਂਕਿ ਪਿੰਡਾਂ ਦੇ ਵਿਕਾਸ ਦੇ ਲਈ ਵੀ ਤੁਹਾਨੂੰ ਉਹੀ ਸਰਪੰਚ ਚਾਹੀਦੇ ਨੇ ਜਿਨ੍ਹਾਂ ਦਾ ਉੱਪਰ ਸਰਕਾਰ ਦੇ ਨਾਲ ਵੀ ਰਾਬਤਾ ਚੰਗਾ ਹੋਏ, ਐਟਲੀਸਟ ਉੱਧਰੋਂ ਉਹ ਵਿਕਾਸ ਦੀ ਰਕਮ ਲੈ ਸਕਣ, ਸਾਰਾ ਕੁਛ ਚੱਲ ਸਕੇ ਜੀ। ਅਪੀ ਅਸੀਂ ਇਹ ਦੇਖਦੇ ਹਾਂ ਪਿਛਲੇ 10 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬੜਾ ਅੱਛਾ ਉਹਨਾਂ ਦੀ ਹੋਲਡ ਸੀਗਾ ਆਪਣਾ ਪਿੰਡਾਂ ਦੇ ਲੈਵਲ ਦੇ ਵਿੱਚ। ਸੀਨੀਅਰ ਬਾਦਲ ਜਿਹੜੇ ਸੀ ਉਹ ਹਰ ਪਿੰਡ ਦੇ ਵਿੱਚ ਜਾਂਦੇ ਸੀ, ਸੰਗਤ ਦਰਸ਼ਨ ਕਰਦੇ ਸੀਗੇ, ਉੱਥੇ ਦੇ ਕਈ ਸਰਪੰਚਾਂ ਨੂੰ ਉਹ ਬਾਈ ਨੇਮ ਤੱਕ ਜਾਣਦੇ ਸੀ, ਉਹ ਜਾ ਕੇ ਉੱਥੇ ਸੰਗਤ ਦਰਸ਼ਨ ਚੈੱਕ ਕਹਿੰਦੇ ਹੁੰਦੇ ਸੀ, ਹਾਂ ਵੀ ਸਰਵਨ ਸਿੰਘਾ ਦੱਸ ਕਿੰਨੇ ਦਾ ਚੈੱਕ ਚਾਹੀਦਾ, ਤਾਂ ਹੀ ਹੈਜ਼ ਦੈਟ, ਉਹਨਾਂ ਨੂੰ ਪਾਰਟੀ ਨੂੰ ਇਹ ਬੈਨੀਫਿਟ ਸੀਗਾ। ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਜਿਹੜਾ ਪੋਲੀਟੀਕਲ ਮਾਈਨਸ ਕਾਂਗਰਸ ਉਸ ਪੋਲੀਟੀਕਲ ਸਰਪੰਚ ਜਿਹੜੇ ਹੁੰਦੇ ਸੀ, ਉਹ ਸੋਰੀ ਜਿਹੜੇ ਹੁੰਦੇ ਸੀਗੇ, ਉਹਨਾਂ ਨੂੰ ਕਰਨਾ। ਉਸ ਤੋਂ ਬਾਅਦ ਇਹ ਕਿ ਕਾਂਗਰਸ ਨੂੰ ਇਸ ਸਮੇਂ ਇੱਕ ਪੋਲੀਟੀਕਲ ਮਾਈਲੇਜ ਲੈਣ ਦਾ ਇੱਕ ਮੌਕਾ ਹੈਗਾ ਉਹਨਾਂ ਦੇ ਕੋਲ, ਕਿਉਂਕਿ ਟਾਈਮਿੰਗ ਦੇਖੋ, ਜਿਹੜੀ ਜਸਟਿਸ ਕਮਿਸ਼ਨ ਦੀ ਰਿਪੋਰਟ ਆਈ ਰਣਜੀਤ ਸਿੰਘ ਦੀ, ਉਸ ਤੋਂ ਇਮੀਡੀਏਟਲੀ ਬਾਅਦ ਪੰਚਾਇਤ ਇਲੈਕਸ਼ਨਾਂ ਦਾ ਐਲਾਨ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਆਪਣੀ ਕੜਿੱਕੀ 'ਚ ਫਸਿਆ ਹੈ ਕਿ ਉਹਨਾਂ ਨੂੰ ਹਾਊ ਦੇ ਵਿਲ ਫੇਸ ਦੀ ਪਬਲਿਕ, ਪਿੰਡਾਂ ਦੇ ਲੈਵਲ 'ਤੇ ਕਿੱਦਾਂ ਪ੍ਰਚਾਰ ਕਰਨਗੇ। ਆਮ ਆਦਮੀ ਪਾਰਟੀ ਦੋ ਫਾੜ ਹੋ ਚੁੱਕੀ ਹੈ, ਦੇ ਆਰ ਫੇਸਿੰਗ ਰੈਬੈਲੀਅਨ, ਅਤੇ ਉਹ ਕਿੱਦਾਂ ਫੇਸ ਕਰਨਗੇ, ਅਤੇ ਇਹਦਾ ਕਾਂਗਰਸ ਹੁਣ ਪੋਲੀਟੀਕਲ ਮਾਈਲੇਜ ਲੈਣਾ ਚਾਹੁੰਦੀ ਹੈ, ਵਿੱਚ ਦੇ ਕੈਨ ਗੈਟ। ਔਰ ਦੂਸਰਾ ਇਹ ਵੀ ਹੁੰਦਾ ਕਿ ਜਿਹੜੀ ਸੱਤਾਰੂੜ ਪਾਰਟੀ ਹੁੰਦੀ ਹੈ, ਉਹਦੇ ਹੀ ਸਰਪੰਚ ਅਗਰ ਹੋਣਗੇ ਤਾਂ ਪਿੰਡਾਂ ਦਾ ਵਿਕਾਸ ਤੇਜ਼ ਹੋ ਸਕਦਾ, ਜਿਹੜਾ ਸਕੀਮਾਂ ਦਾ ਪੈਸਾ ਹੈ ਉਹ ਵੀ ਉਹਨਾਂ ਕੋਲ ਤੋਂ ਪਹੁੰਚ ਸਕਦਾ। ਅਤੇ ਇਸ ਵਾਰੀ ਇਹ ਇੰਟਰਸਟਿੰਗ ਹੋਏਗਾ ਦੇਖਣਾ ਕਿ ਪੰਚਾਇਤ ਦੇ ਜਿਹੜੇ ਇਲੈਕਸ਼ਨਸ ਨੇ ਉਹ ਕਿਸ ਤਰ੍ਹਾਂ ਹੁੰਦੇ ਨੇ, ਲੇਕਿਨ ਪੋਲੀਟੀਕਲ ਪਾਰਟੀਆਂ ਦੀ ਕੀ ਤਿਆਰੀਆਂ ਹਾਲੇ ਤੱਕ ਪੂਰਾ ਕਲੀਅਰ ਨਹੀਂ ਹੈ। ਹੁਣ ਨੋਮੀਨੇਸ਼ਨਸ ਹੋ ਜਾਣ, ਉਸ ਤੋਂ ਬਾਅਦ ਹੀ ਪਤਾ ਲੱਗਿਆ ਕਿਹੜੇ ਕਿਹੜੇ ਉਮੀਦਵਾਰ ਉਹ ਲੈ ਕੇ ਆਏ ਨੇ। ਲੇਕਿਨ ਜੋ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਜੋ ਤਿਆਰੀ ਹੈ ਪਿੰਡਾਂ ਦੇ ਲੈਵਲ 'ਤੇ, ਉਹ ਸਭ ਤੋਂ ਮੈਨੂੰ ਕਮਜ਼ੋਰ ਦਿਖੀ, ਕਿਉਂਕਿ ਉਹ ਆਪਣੇ ਹੀ ਲੜਾਈ ਝਗੜੇ 'ਚ ਲੱਗੇ ਰਹੇ। ਸ਼੍ਰੋਮਣੀ ਅਕਾਲੀ ਦਲ ਦਾ ਹੋਲਡ ਅੱਛਾ ਹੈ, ਉਹਨਾਂ ਨੂੰ ਆਪਣੀ ਹੁਣ ਜਿਹੜੀ ਉੱਥੇ ਦੀ ਸੀਗੀ ਉਹ ਬਤਾਣੀ ਸੱਚਾ ਪਿੰਡ ਲੈਵਲ 'ਤੇ, ਉਹਨਾਂ ਵਾਸਤੇ ਚੈਲੰਜ ਹੈ। ਔਰ ਇੱਕ ਸਭ ਤੋਂ ਵੱਡਾ ਚੈਲੰਜ ਪੰਜਾਬ ਕਾਂਗਰਸ ਵਾਸਤੇ ਹੈ ਕਿ ਉਹ ਹੁਣ ਆਪਣੀਆਂ ਪੰਚਾਇਤਾਂ ਦੇ ਵਿੱਚ, ਜ਼ਿਲ੍ਹਾ ਪਰਿਸ਼ਦਾਂ ਦੇ ਵਿੱਚ ਆਪਣਾ ਹੋਲਡ ਕਿਸ ਤਰ੍ਹਾਂ ਜਮਾ ਪਾਉਂਦੇ ਆ। ਤੁਸੀਂ ਇੱਕ ਗੱਲ ਬੜੀ ਇੰਟਰਸਟਿੰਗ ਇੱਥੇ ਕਹੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਪਤਾ ਹੁੰਦਾ ਸੀਗਾ ਬਾਏ ਨੇਮ, ਉਹ ਜਿਹੜੇ ਵੀ ਪਿੰਡ ਦੇ ਵਿੱਚ ਜਾਂਦੇ ਸੀਗੇ ਉਹਨਾਂ ਨੂੰ ਸਰਪੰਚ ਦਾ ਨਾਂ ਪਤਾ ਹੁੰਦਾ ਸੀਗਾ। ਡੂ ਯੂ ਥਿੰਕ ਐਨੀ ਲੀਡਰ ਜਿਹੜਾ ਕੋਈ ਹੈਗਾ ਕਾਂਗਰਸ ਦੇ ਵਿੱਚ ਜੋ ਇਸ ਗੱਲ ਨੂੰ ਇਸ ਗੱਲ ਦੇ ਨਾਲ ਗੱਲ ਉਹਨਾਂ ਦੀ ਸੰਬੰਧਿਤ ਹੋਵੇ? ਦੇਖੋ, ਕਾਂਗਰਸ ਨੂੰ ਸਿਰਫ ਇੱਕ ਫਾਇਦਾ ਹੋ ਸਕਦਾ ਕਿ ਦੇ ਆਰ ਇਨ ਪਾਵਰ, ਬਟ ਜਿੱਥੋਂ ਤੱਕ ਤੁਸੀਂ ਹੋਲਡ ਵਾਲੀ ਗੱਲ ਕਹੋ ਜਾਂ ਇੱਕ ਪਰਸਨਲ ਇੰਟਰੈਕਸ਼ਨ ਵਾਲੀ ਗੱਲ ਕਹੋ, ਮੈਨੂੰ ਕਾਂਗਰਸ ਦੇ ਬਹੁਤ ਘੱਟ ਲੀਡਰਾਂ ਵਿੱਚ ਦਿਖਾਈ ਦਿੰਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਪਰਸਨਲ ਇੰਟਰੈਕਸ਼ਨ ਅਸੀਂ ਖੁਦ ਦੇਖਿਆ ਆਪਣੀ ਨਜ਼ਰਾਂ ਦੇ ਨਾਲ, ਅਤੇ ਉਹਦਾ ਫਾਇਦਾ ਉਹਨਾਂ ਨੂੰ ਮਿਲਦਾ ਸੀਗਾ। ਉਹਨਾਂ ਨੂੰ ਪਤਾ ਲੱਗਦਾ ਸੀ ਕਿਹੜੇ ਪਿੰਡ ਦੇ ਵਿੱਚ ਕੀ ਕਰਨਾ, ਕਿਹੜੇ ਇੱਕ ਇੱਕ ਚੀਜ਼ ਨੂੰ ਜਿਹੜੇ ਸੰਗਤ ਦਰਸ਼ਨ ਕਰਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਉਹਦਾ ਕਾਫੀ ਬੈਨੀਫਿਟ ਉਹਨਾਂ ਨੂੰ ਮਿਲਿਆ, ਪਿੰਡਾਂ ਦੇ ਵਿੱਚ ਕਾਫੀ ਵਿਕਾਸ ਹੋਇਆ ਵੀ ਉਸ ਦੌਰਾਨ। ਲੇਕਿਨ ਹੁਣ ਐਵੇਂ ਕਿ ਜਦੋਂ ਇੱਕ ਸਰਕਾਰ ਸੱਤਾਰੂੜ ਹੋ ਜਾਂਦੀ ਹੈ, ਹੁਣ ਕਾਂਗਰਸ ਨੂੰ ਉਹ ਹੋਲਡ ਚਾਹੀਦਾ ਵਿਲੇਜ ਲੈਵਲ 'ਤੇ। ਕਾਂਗਰਸ ਦੇ ਕੋਲ ਹੁਣ MLA ਆ ਗਏ, ਕਾਂਗਰਸ ਨੇ ਪਟਿਆਲਾ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਮਿਊਨਸੀਪਲ ਕਾਉਂਸਲਰ ਜਿਹੜੀ ਸੀ ਇਲੈਕਸ਼ਨ ਸੀ ਉਹ ਬੜੇ ਹੋਲਡ ਨਾਲ ਜਿੱਤ ਲਏ। ਨਾਓ ਦੇ ਵਾਂਟ ਟੂ ਗੋ ਟੂ ਦ ਵਿਲੇਜ ਲੈਵਲ। ਹੁਣ ਜਦੋਂ ਪਿੰਡ ਵੀ ਆ ਜਾਣਗੇ ਉਹਨਾਂ ਦੇ ਕੋਲ, ਸਰਪੰਚ ਵੀ ਆਪਣੇ ਬੈਠ ਜਾਣਗੇ, ਤਾਂ ਉੱਥੇ ਸਟਰਕਚਰ ਪੂਰਾ ਇੱਕ ਸਰਕਲ ਹੈ ਜਿਹੜਾ ਉਹ ਪੂਰਾ ਹੋ ਗਿਆ। ਵਾਟ ਯੂ ਥਿੰਕ, ਸੁਖਬੀਰ ਬਾਦਲ ਹੈਵ ਦੈਟ ਕਾਈਂਡ ਆਫ ਕੈਲੀਬਰ ਲਾਈਕ ਹਿਸ ਫਾਦਰ? ਸੁਖਬੀਰ ਬਾਦਲ ਹੈਜ਼ ਦੈਟ ਬਿਕੋਜ਼ ਪਾਰਟੀ ਹੈਜ਼ ਦੈਟ ਕੈਲੀਬਰ, ਹੀ ਆਲਸੋ ਹੈਜ਼ ਦੈਟ ਕੈਲੀਬਰ, ਪੀਪਲ ਨੋ ਹਿਮ ਵੈਰੀ ਵੈਲ ਇਨ ਦਿਸ ਥਿੰਗ। ਲੇਕਿਨ ਟਾਈਮਿੰਗ, ਤੁਸੀਂ ਇਹ ਦੇਖੋ ਸਿਆਸਤ ਦਾ ਕਿਆ ਗੇਮ ਹੈ ਕਿ ਟਾਈਮਿੰਗ ਦੇਖੋ, ਪੋਲੀਟੀਕਲ ਜਿਹੜਾ ਹੈ ਹੁਣ ਮਾਈਲੇਜ ਲੈਣ ਦੀ ਕੋਸ਼ਿਸ਼ ਹੈ ਕਿ ਇੰਨੀ ਵੱਡੀ ਰਿਪੋਰਟ ਆ ਗਈ, ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਡਿੱਕੀ ਦੇ ਵਿੱਚ ਕਰਵਾ ਦਿੱਤਾ, ਔਰ ਨਾਓ ਯੂ ਆਰ ਗੋਇੰਗ ਟੂ ਫੇਸ ਦੀ ਇਲੈਕਸ਼ਨ, ਤਾਂ ਕਿਆ ਸ਼੍ਰੋਮਣੀ ਅਕਾਲੀ ਦਲ ਦੇ ਜੋ ਨੇਤਾ ਨੇ ਕਿਆ ਉਹ ਇੰਨੇ ਕੰਫਰਟੇਬਲ ਹੋਣਗੇ ਹੁਣ ਹਰ ਪਿੰਡਾਂ ਲੈਵਲ 'ਤੇ ਜਾ ਕੇ ਪ੍ਰਚਾਰ ਕਰਨ ਵਾਸਤੇ, ਔਰ ਉੱਧਰ ਆਮ ਆਦਮੀ ਪਾਰਟੀ ਆਪਣੇ ਝਗੜੇ 'ਚ ਫਸੀ ਹੈ, ਤਾਂ ਇਹਦਾ ਜੋ ਪੋਲੀਟੀਕਲ ਮਾਈਲੇਜ ਹੈ ਉਹ ਕਾਂਗਰਸ ਲੈਣਾ ਚਾਹੇਗੀ ਔਰ ਉਹਨੂੰ ਮਿਲੇਗਾ ਵੀ। ਕਰੈਕਟ। ਮੇਰੇ ਨਾਲ ਕਾਫੀ ਸਾਰੇ ਕਾਲਰ ਸਿਸਟਮ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਹਨ, ਉਹਨਾਂ ਦੇ ਵੀ ਆਪਾਂ ਪ੍ਰਤੀਕਰਮ ਜਾਣ ਲਈਏ ਕੀ ਕੁਝ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਨ।
तकरीबन सारे लीडर हाथ धोके होंगे है, कोई आपकी इंडिपेंडेंट सरपंच की कोई पावर नहीं होंगी जी। जे सरपंच के मूहे सरपंच की भी करूंगा तो उन्होंने चार पैसे ग्रांट के पैने वादा नहीं मिलने जी। मुकाबले चल रही जी, मसला है सिर्फ राजकरण का वोटां का, होर कोई इन्हों का लड़ाई की कोई झगड़ा नहीं, रौला राजकरण का रौला लोगों लुटन का रौला है जी 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 जी। और नहीं गल तुसी मैं सारा आलू वाले की हिस्ट्री पढ़ी है तो मैं तुहाडे नाल गल करना कर रखा है जी। मैं जसा सर आलू वाला साहब जी को पढ़िया जी 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 तो लेके मैं थोड़े ता ही गल कर लगा भी ये जो लोग है ना ये सिर्फ लुटन वास्ते ये अस्त हो गए करते इन्होंने करना राज आज करके लुटन जी जी। सीरियसली है कोई भी चाहे कोई भी सियासत। बहुत बहुत धन्यवाद जी तुम अपने विचार साझे किए मेरे नाल होर भी कॉलर्स ने। सत श्रीकाल जी तुसी ऑन एयर हो, कौन बोल रहे हो, कितों बोल रहे हो? हेलो सत श्रीकाल जी। सत श्रीकाल जी हरदेव साहब। हाँ जी सत श्रीकाल जी, की कहना चाहोगे? सत श्रीकाल यार, देखो जी आ जिहड़ा तुसी अज दा मुद्दा लियांदा हैगा जी, इह कांग्रेसी जितने आ जां जोर ते जोर उहनां दा चलण जिहड़ा चलण डिआ जी, उहनां एप्लीकेशनां नहीं भरन दित्ती आ जां एनओसी नहीं दित्ती किसे नूं जी, जीरे वाले जोड़िया कांग्रेस चोर पार्टी आने खैर है। तो आने वाली तस्वीर जी साफ 19 तरीक न जब चोणा होणगियां और 22 तरीक न जब नतीजे आने तो वह ज़्यादा सामने आ पाएगी। और सब तो वड्डी गल जी है वह श्रोमणी अकाली दल बादल के टाइम पर भी असी वेखिया सीगियां कि जब पंचायती चोणा होंदिया सीगियां तो पंजाब दे विच चोणा इज़ लाइक अ फैसटिवल, एक त्यौहार मनिया जाता है, लेकिन इस त्यौहार के इस बार रंग जड़े ने ना वो दिख नहीं रहे, क्यों नहीं दस रहे, यदि की वजह है? करांगे इस उत्ते भी विचार वटांदरा इस ब्रेक तो उस पार।